हाँ जी भी जी सारे में सत श्रीकाल जी, संदीप डेयरी फार्म तुहाडा बहुत बहुत वेलकम है जी। अज भी जी हुण विजिट हैगी आ पिंड बंडाला जी, जिला अमृतसर पैंदा। इन्हें वीर अगे वीडियो बनाई सी जी, आपां वीर हुण दुध का काम करदे आ, कुछ पशु सेल लई हुंदे जो कढ़न कढ़ दिंदे आ जी। ठीक है जी, हुण बाई जी नाल गलबात करांगे जी, आपां की प्राइस ते की मिलकर घोड़ा, उस तों बाद रिक्वेस्ट करांगे तुहानूं कि जिहड़े वीर पहले रे वीडियो वेख रहे आ उन्होंने वीरों रिक्वेस्ट है कि अपने चैनल में सबसक्राइब कर जी, तो घंटी का बटन जरूर दबा ता कि नवी वीडियो आ सके। भी जी एक और रिक्वेस्ट आ, इतने आओ जी, दो टाइम की चवाई करो, पास करो, आदि पूरी तसली पशु खरीदो वीर जी। भी जी बाद बहुत दिक्कत होंगी है जी, तुम्हें भी होंगी, मैनू भी होंगी आ, इस करके आज पूरी तसली नाल तुसी पशु खरीदो आपका। ठीक है ना जी, हुण बाई जी ने गलबात कर। हाँ जी बाई जी, सत श्रीकाल जी। ਹੋਰ ਬਾਈ ਜੀ ਠੀਕ ਠਾਕ ਜੀ? ਹਾਂਜੀ ਵਧੀਆ। ਤੇ ਵੇਖੇ ਪਿਛਲੇ ਪਸ਼ੂ ਆਪਣੇ? ਹਾਂਜੀ ਵੇਖੇ। ਹੁਣ ਵਪਾਰ ਸ਼ੁਰੂ ਕਰ ਲਿਆ ਫਿਰ? ਨਾ ਨਾ ਵਪਾਰ ਨਹੀਂ, ਵੈਸੇ ਜ਼ਿਆਦਾ ਹੀ ਇੱਕ ਵਜ। ਅੱਛਾ ਜੀ, ਤਾਂ ਕਰਕੇ ਠੀਕ ਹੈ। ਹਾਂਜੀ ਚਲੋ ਬਾਈ ਜੀ, ਆਪਣੇ ਐਡਰੈਸ ਬੋਲੋ ਜੀ ਆਪਣਾ। ਪਿੰਡ ਬਨਾਲਾ ਵੀਰੇ। ਹਾਂਜੀ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅੰਮ੍ਰਿਤਸਰ। ਠੀਕ ਹੈ ਜੀ। ਫੋਨ ਨੰਬਰ ਬੋਲੋ। 9153-12113। ਇੱਕ ਵਾਰੀ ਫਿਰ ਬੋਲੋ ਜੀ। 9153-12113। ਤੇ ਨਾਮ ਜੀ? ਨਾਮ ਗੁਰਵਿੰਦਰ ਸਿੰਘ। ਤੇ ਬਾਈ ਜੀ ਕਿਹੜੇ ਰੋਡ ਤੇ ਰਹਿ ਗਿਆ ਜੀ ਆਪਣਾ? ਇਹ ਜੀ ਆਪਣਾ ਅੰਮ੍ਰਿਤਸਰ ਤੋਂ ਤਰਨਤਾਰਨ ਰੋਡ ਤੇ, ਜਿਹੜਾ ਨਵਾਂ ਬਾਈਪਾਸ ਆ। ਅੱਛਾ, ਨਵਾਂ ਬਾਈਪਾਸ ਹੈ। ਠੀਕ ਹੈ ਜੀ। ਤੇ ਹੁਣ ਇਸ ਟਾਈਮ ਇੱਕੋ ਮਾਜੀ ਹੈ? ਹਾਂਜੀ ਬਸ ਇੱਕ ਹੀ ਹੈ। ਤੇ ਬਾਈ ਜੀ ਕਿੰਨਾ ਸੂਆ ਹੈ ਜੀ ਇਹ? ਇਹ ਵੀਰੇ ਦੂਜਾ ਸੂਆ ਜੀ। ਦੂਜਾ ਸੂਈ ਹੈ ਜੀ। ਤੇ ਕਿੰਨਾ ਦੁੱਧ ਇਸ ਟਾਈਮ ਤਿਆਰ ਹੈ? ਇਸ ਟਾਈਮ ਵੀਰੇ 10 ਕਿਲੋ ਆ। 10 ਕਿਲੋ ਤਿਆਰ ਹੈ। ਤੇ ਖੋਲੋ ਵੀਰ ਜੀ ਫਿਰ ਇਹਨੂੰ ਤੇ ਦਿਖਾਈਏ। ਤੇ ਬਾਈ ਜੀ ਫਿਰ ਸੁਬਾ ਚਵਾਈ ਟਾਈਮ ਜੀ? ਸੁਬਾ ਵੀਰ ਜੀ ਇਹੋ 6 ਵਜੇ ਜੀ। ਤੇ ਬਸ ਚਵਾਈ ਟਾਈਮ ਹੋ ਚੁੱਕਾ ਨਾ ਤੁਹਾਡਾ ਜੀ? ਆਹ ਦੇਖੋ ਜੀ, ਆਹ ਜੀ ਚਵਾਈ ਕਰਨ ਵਾਲੀ ਪਈ, ਆਹ ਦੇਖੋ 5:30 ਦਾ ਟਾਈਮ ਹੋ ਚੁੱਕਾ ਜੀ, ਆਹ ਦੇਖੋ। ਤੇ ਬੱਚਾ ਮਰ ਕੀ ਆ ਗਿਆ ਜੀ? ਇਹਦੇ ਕੱਟਾ ਵੀਰ ਜੀ, ਕੱਟਾ ਆ ਗਿਆ ਜੀ। ਠੀਕ, ਲੰਮੀ ਤੁਰਿਆ ਸਿੱਧੀ ਤੁਰਿਆ ਜੀ। ਅੱਛਾ ਆਹ ਕੱਟਾ ਜੀ, ਹੈ ਜੀ। ਠੀਕ ਹੈ ਜੀ, ਬੰਦ ਹੋ ਜੀ, ਬੰਦ ਬੰਦ। ਇਹ ਚਵਾਈ ਚੋ ਠੀਕ ਹੈ ਭਾਈ ਜੀ? ਆ ਦੇਖੋ ਜੀ, ਠੀਕ ਹੈ। ਤੇ ਭਾਅ ਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ 60,000 ਰੁਪਈਆ। ਹੋਰ ਦੁੱਧ ਵਧਣ ਦੀ ਸੰਭਾਵਨਾ ਕੋਈ? ਦੁੱਧ ਵੀਰ ਜੀ ਅਜੇ ਤੇ ਮੰਨ ਲਓ ਵੀ ਜ਼ਿਆਦਾ ਹੀ ਤੇ ਤਾਂ ਕਰਕੇ ਵੇਚਣ ਦਾ ਆ, ਥੋੜਾ ਸਾਮ ਘੱਟ ਹੋਈ ਆ, ਤਾਂ ਹੀ ਵੱਧ ਸਕਦੀ ਹੈ ਮੰਨ ਲਓ। ਚਲੋ ਵੀਰ ਜੀ, ਹੋਰ ਨੰਬਰ ਆਪਣਾ ਫਿਰ ਇੱਕ ਕਰੇ ਬੋਲ ਦਿਓ। 9153-12113। ਚਲੋ ਜਿਸ ਤਰ੍ਹਾਂ ਵੀ ਗੱਲ ਤੁਸੀਂ ਕਰ ਲੈ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ।